स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं रूड़ी कपूरे पिंड की है। रूड़ी कपूरा पिंड नूं तहसील जैतो ते जिला फरीदकोट पैंदा। दोस्तों जदों आपां जैतो तो मुकसर रोड के उत्ते जाना होवे तां मेन रोड के उत्ते पिंड रह जांदा। जैतो तो सारा 7-8 किलोमीटर मुकसर वाले पासे नूं जां रामेआणा पिंड आउंदा उधरले पासे नूं। रूड़ी कपूरा पिंड का नाम है, अड्रैस इहदा स्क्रीन ते भी लगा होया। इस पिंड दे विच बाई जोरां दा सेल परचेज दा काम है, व्यापार दा काम करदे आ, पशु इन्हां कोल चंगे आउंदे आ। सो अज जिहड़ी वीडियो बना रहे हैं दोस्तों, इहदे च तीन पशु तुहानूं दिखाउणे आ जिहड़े तुसीं सामने देख रहे हैं। इह तिन्ने फॉर सेल आ, विकाऊ है, बाकी एक दो पशु बाई जोरां कोल जिवें सामने मझ देख रहे हैं इहदा सौदा होया वा, विकी हुई है। सो तिन्नां पशुआं बारे आपां डिटेल च गल्लबात करदे हां बाई जोरां नाल, नाले इहनां दा रेट वगैरह भी सारा कन्फर्म कर लैंदे आ। वीडियो शुरू करन तों पहलां बेनती है दोस्तों, जिन्हां ने इस चैनल नूं अजे तक सबसक्राइब नहीं कीता वो चैनल नूं जरूर सबसक्राइब कर लो, ते नाल घंटी दा बटन भी प्रेस कर दो जे, तां कि जिहड़ी मैं नवीं वीडियो अपलोड करां उहदा नोटिफिकेशन तुहानूं मिल सके। आओ भाई जी रणा गलबात करिए। भाई सति श्री अकाल। सति श्री अकाल जी। नाम दस्सो भाई। नाम अमृतपाल सिंह जी। अमृतपाल सिंह भाई जी, अपना व्यापार दा काम है? हां जी, व्यापार दा काम है जी। ठीक है, ते अज आपां जिहड़े तीन पशु दिखाउणे आ ਇਹਨਾਂ ਦੇ ਵਿੱਚੋਂ ਜਿਹੜੀ ਹੈ ਪਹਿਲੇ ਨੰਬਰ ਤੇ ਆਪਾਂ ਝੋਟੀ ਦਿਖਾਉਣੀ ਹੈ ਬਈ, ਇਹਦੇ ਬਾਰੇ ਦੱਸੋ ਕਿੰਨਵੇਂ ਸੂਏ ਸੋਨਾ ਨੇ? ਇਹ ਪਹਿਲੇ ਸੂਏ ਸੋਨਾ ਇਹ ਰਹਿੰਦੇ 4-5 ਦਿਨ ਲੈ ਜੂਗੀ, ਇਹ ਕੱਚੀ ਹੈ। ਕੱਚੀ ਹੈ, 4-5 ਦਿਨ ਹਜੇ ਲੈ ਜੂਗੀ। ਦੰਦੋਂ ਕਿਵੇਂ ਵੀਰੇ? ਇਹ 4 ਦੰਦ ਆ ਜੀ। 4 ਦੰਦ ਤੇ ਰੇਟ ਇਹਦਾ? ਰੇਟ ਇਹਦਾ 90,000 ਰੁਪਇਆ ਮੰਗਦੇ ਆ। 90,000 ਰੁਪਇਆ ਵਿੱਚੋਂ ਕੋਈ ਸਮਾਨਤਾ ਹੋ ਜੂ? ਮੌਕੇ ਤੇ ਹੋ ਜੂ ਮਾਨਤਾ। ਹਾਂਜੀ ਠੀਕ ਹੈ। ਦੋਸਤੋ ਝੋਟੀ ਤੁਹਾਨੂੰ ਦਿਖਾ ਦਿੰਦਾ, ਇੱਕ ਮਿੰਟ ਵੀਰੇ, ਇਹਦਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਆ। ਥੋੜਾ ਜਿਹਾ ਮੱਥੇ ਦੇ ਉੱਤੇ ਹੈਗਾ ਜਿਹੜਾ ਫੁੱਲ ਜਿਹਾ ਹੈ, ਚਾਰ ਕਵਾਲ ਉੱਥੋਂ ਵਾਈਟ ਸ਼ੋ ਕਰਦੀ ਹੈ। ਬਾਕੀ ਜਿਹੜੇ ਸਿੰਘ ਆ ਬਹੁਤ ਸੋਹਣੇ ਆ, ਗੋਲ ਆ, ਕੁੰਡਾ ਸਿੰਘ ਹੈ, ਸਰੀਰ ਵੀ ਸੋਹਣਾ ਦੋਸਤੋ ਝੋਟੀ ਦਾ। ਬਾਕੀ ਜਿਹੜੀ ਮੇਨ ਚੀਜ਼ ਤੁਹਾਨੂੰ ਦਿਖਾਉਣੀ ਹੈ ਉਹ ਇਹਦਾ ਆਰਡਰ ਤੁਸੀਂ ਥਣਾਂ ਦੇ ਵਿੱਚ ਬਿੱਥੀ ਦੋਸਤੋ ਦੇਖ ਸਕਦੇ ਹਾਂ। ਲਗਭਗ ਤੁਸੀਂ ਮੰਨੋਗੇ ਇਸ ਗੱਲ ਨੂੰ ਵੀ ਪੌਣੇ ਫੁੱਟ ਵਾਂਗੂ ਇਹਦੇ ਥਣਾਂ ਦੇ ਵਿੱਚ ਗੈਪ ਹੈ, ਜਿਹੜਾ ਅਗਲੇ ਪਿਛਲੇ ਥਣ ਦੇ ਵਿੱਚ ਬਿੱਥੀ ਆ ਉਹ ਫੁੱਟ ਅੱਧੇ ਫੁੱਟ ਤੋਂ ਜ਼ਿਆਦਾ ਦੋਸਤੋ ਇਹਨਾਂ ਦੀ ਇਹਦੇ ਥਣਾਂ ਦੇ ਵਿੱਚ ਬਿੱਥੀ ਹੈ। ਬਾਕੀ ਦੂਜੇ ਪਾਸੇ ਨੂੰ ਵੀ ਬਿੱਥੀ ਤੁਸੀਂ ਦੇਖ ਸਕਦੇ ਹਾਂ, ਚਾਰਾਂ ਪਾਸਿਆਂ ਨੂੰ ਚਾਰੇ ਥਣ ਜਿਹੜੇ ਕੰਨੀਆਂ ਦੇ ਉੱਤੇ ਲੱਗੇ ਹੋਏ ਆ ਤੇ ਅੱਧੇ ਫੁੱਟ ਤੋਂ ਜ਼ਿਆਦਾ ਆਪਸ ਵਿੱਚ ਇਹਨਾਂ ਦੀ ਬਿੱਥੀ ਜਿਹੜੀ ਆ ਦੋਨਾਂ ਸਾਈਡਾਂ ਨੂੰ ਹੈਗੀ ਆ। ਬਾਕੀ ਆਰਡਰ ਵੀ ਸੋਹਣਾ ਝੋਟੀ ਨੇ ਤਿਆਰ ਕੀਤਾ ਹੋਇਆ, ਹਜੇ ਇਹ ਦਿਨ ਲੈ ਜੂਗੀ ਦੋਸਤੋ, ਦੇਖ ਸਕਦੇ ਹੋ ਤੁਸੀਂ। ਇਹ ਵੀ ਝੋਟੀ ਬਹੁਤ ਜ਼ਿਆਦਾ ਸੋਹਣੀ ਆ ਥੱਲੇ ਦੀ ਵੀ, ਬਾਕੀ ਮੂੰਹ ਮੱਥੇ ਦੀ ਪੂਛ ਦੋਸਤੋ ਇਹਦੀ ਜ਼ਿਆਦਾ ਵਾਈਟ ਹੈ, ਉਹ ਤੁਸੀਂ ਵੀਡੀਓ 'ਚੋਂ ਦੇਖ ਲਈ ਆ। ਬਾਕੀ ਮੱਥੇ 'ਤੇ ਤੁਹਾਨੂੰ ਵਾਲ ਇਹਦੇ ਦਿਖਾਈ ਦਿੱਤੇ ਆ ਕਿ ਦੋ ਕਵਾਲ ਇਹਦੇ ਵਾਈਟ ਹੈਗੇ ਆ। ਵੈਸੇ ਬਹੁਤ ਸੀਲ ਸ਼ਰੀਫ ਜੀ ਝੋਟੀ ਹੈ, ਖੋਲੋ ਬਾਈ ਨੂੰ, ਜਦੋਂ ਤੋੜਾਂਗੇ ਦੋਸਤੋ ਇਹਦੇ ਹਵਾਨੇ ਦੀ ਤੁਹਾਨੂੰ ਜੱਜਮੈਂਟ ਹੋ ਜੂਗੀ। ਬਾਕੀ ਤੁਹਾਨੂੰ ਥਣਾਂ ਦੇ ਵਿੱਚ ਬਿੱਥੀ ਜਿਹੜੀ ਉਹ ਮੈਂ ਦਿਖਾ ਹੀ ਦਿੱਤੀ ਹੈ, ਦੇਖ ਸਕਦੇ ਹੋ ਤੁਸੀਂ। ਥੋੜ੍ਹਾ ਜਿਹਾ ਪਸ਼ੂ ਜਿਹੜੇ ਆ ਉਹ ਤੇਜ਼ੀ ਕਰਦੇ ਰਹਿੰਦੇ, ਕਿਉਂਕਿ ਡਰਦਾ ਰਹਿੰਦਾ ਪਸ਼ੂ ਦੋਸਤੋ ਜਦੋਂ ਕੋਈ ਵੀਡੀਓ ਆਪਾਂ ਬਣਾਉਣੀ ਹੈ, ਉਪਰਾ ਬੰਦਾ ਘਰ 'ਚ ਆਉਂਦਾ ਉਦੋਂ ਜਿਹੜਾ ਪਸ਼ੂ ਆ ਉਹ ਡਰਦਾ, ਦੇਖ ਸਕਦੇ ਹੋ ਤੁਸੀਂ। ਤੁਹਾਨੂੰ ਆਰਡਰ ਦੀ ਜੱਜਮੈਂਟ ਇੱਥੋਂ ਹੋ ਜੂਗੀ ਦੋਸਤੋ। ਬਹੁਤ ਜ਼ਿਆਦਾ ਸੋਹਣਾ ਹਵਾਨਾ ਝੋਟੀ ਨੇ ਤਿਆਰ ਕੀਤਾ। ਜੇ ਆਪਾਂ ਹਵਾਨੇ ਨੂੰ ਦੇਖਣਾ ਹੋਵੇ ਦੋਸਤੋ ਜਾਂ ਇਹਦੇ ਥਣਾਂ ਦੀ ਬਿੱਥੀ ਨੂੰ ਦੇਖਣਾ ਹੋਵੇ ਤਾਂ ਉਹਦੇ ਹਿਸਾਬ 'ਤੇ ਰੇਟ ਬਿਲਕੁਲ ਬਾਈ ਜੀ ਉਹਨਾਂ ਨੇ ਜਾਇਜ਼ ਕੀਤਾ। ਇਹ ਤੋਂ ਬਿਨਾਂ ਇੱਕ ਹੋਰ ਮੱਝ ਇਹਨਾਂ ਕੋਲ ਵਿਕਾਊ ਆ, ਉਹਦੀ ਵੀ ਡਿਟੇਲ ਬਾਈ ਜੀ ਉਹਨਾਂ ਤੋਂ ਲੈ ਲੈਂਦੇ ਬਾਈ। ਇਹ ਮੱਝ ਬਾਰੇ ਵੀ ਦੱਸੋ ਜਿਹਨੇ ਕਿੰਨਵੇਂ ਸੂਏ ਸੋਨਾ? ਇਹ ਸੂਈ ਵੀ ਹੈ, ਦੂਜੇ ਸੂਏ ਸੂਈ ਹੈ, ਮਗਰ ਕੱਟੀ ਹੈ ਜੀ, 8 ਲੀਟਰ ਬੋਲਾ ਜੀ ਥੱਲੇ ਜੀ, 4 ਦਿਨਾਂ ਕੋ ਸੂਈ ਨੂੰ ਜੀ, 4 ਦਿਨਾਂ ਦੀ ਸੂਈ ਵੀ ਹੈ, 8 ਲੀਟਰ ਬੋਲਾ ਦੋਨਾਂ ਟਾਈਮਾਂ ਦਾ ਹੈਗਾ, 8 ਲੀਟਰ ਬੋਲਾ ਤਿਆਰ ਹੈ ਜੀ ਦੋ ਟਾਈਮਾਂ ਦਾ ਜੀ। ਠੀਕ ਹੈ, ਤੇ ਇਹਦਾ ਰੇਟ ਕੀ ਕਰਦੇ ਆ? ਇਹ 90,000 ਰੁਪਏ ਦਾ। 90,000 ਰੁਪਏ ਦਾ, ਤੇ ਦੁੱਧ ਇਹ ਤੁਹਾਡੇ ਹਿਸਾਬ ਤੇ ਕਿੰਨਾ ਕਰ ਜੂਗੀ? ਇਹ 12 ਲੀਟਰ ਦੁੱਧ ਦੇ ਦੂਗੀ, ਹੈ ਨਾ ਇਹ ਥੋੜੀ ਜਿਹੀ ਬੁਖਾਰ ਹੋ ਗਈ ਜਾਂ ਸੂਈ ਆ ਕਰਕੇ ਗਰਮੀ ਨਾਲ ਜੀ, ਹੁਣ ਦੁੱਧ ਘਟ ਗਿਆ, 10 ਲੀਟਰ ਦੁੱਧ ਸੀ ਜਿਵੇਂ। ਠੀਕ ਹੈ, ਹਾਂ ਕੱਲ ਦੀ ਦੁੱਧ ਘਟ ਗਈ, ਹਾਂ 4 ਲੀਟਰ ਦੁੱਧ ਹੈਗਾ ਜੀ। ਠੀਕ ਹੈ, ਹੁਣ ਵੀ ਡੰਗ ਦਾ 4 ਲੀਟਰ ਦੇ ਰਹੀ ਹੈ ਤੇ ਬੁਖਾਰ ਸਹੀ ਹੈ ਹੁਣ ਇਹਦਾ? ਹਾਂ ਬੁਖਾਰ ਸਹੀ ਹੈ ਜੀ। ਠੀਕ ਹੈ ਦੋਸਤੋ, ਇਹ ਤੁਹਾਨੂੰ ਮੱਝ ਮੈਂ ਦਿਖਾ ਦਿੰਦਾ, ਮੂੰਹ ਮੱਥੇ ਦੀ ਸੋਹਣੀ ਹੈ, ਸਿੰਘ ਤੁਸੀਂ ਦੇਖ ਹੀ ਸਕਦੇ ਆ, ਥੋੜਾ ਜਿਹਾ ਉੱਤੋਂ ਜਾ ਕੇ ਮੁੜਿਆ ਖੁੱਲਾ ਸਿੰਘ। ਹਵਾਨਾ ਜਿਹੜਾ ਦਾ ਦੋਸਤੋ ਥੋੜਾ ਜਿਹਾ ਅੱਗੇ ਵੱਲ ਨੂੰ ਹੈਗਾ, ਨੂੰ ਵੈਸੇ ਸੋਹਣਾ ਹਵਾਨਾ, ਬਾਕੀ ਜੋ ਤੋਰਾਂਗੇ ਤੁਹਾਨੂੰ ਅੰਦਾਜ਼ਾ ਹੋ ਜੂ। ਕੱਦ ਕਾਠੇ ਦਾ ਬਹੁਤ ਜ਼ਿਆਦਾ ਹੈ, ਮਗਰ ਇਹਦੇ ਕੱਟੀ ਆ, ਤੁਸੀਂ ਕੱਟੀ ਵੀ ਦੇਖ ਸਕਦੇ ਆ ਦੋਸਤੋ, ਉੱਚੇ ਲੰਬੇ ਕੱਦ ਦੀ ਹੈ, ਪਿੱਠ ਪੁੜਾ ਤੁਸੀਂ ਦੇਖ ਹੀ ਲਿਆ ਕਿੱਡਾ ਚੌੜਾ, ਕੱਦ ਇਹਦਾ ਬਹੁਤ ਜ਼ਿਆਦਾ ਹੈ। ਖੋਲੋ ਬਾਈ ਇਹਨੂੰ, ਤੁਹਾਨੂੰ ਤੋਰ ਕੇ ਵੀ ਦੋਸਤੋ ਦਿਖਾ ਦਿੰਦੇ ਹਾਂ। ਬਾਕੀ ਦੁੱਧ ਬਾਈ ਜਿਹਨਾਂ ਨੇ ਦੱਸਿਆ ਵੀ 8 ਕਿਲੋ ਇਸ ਟਾਈਮ ਦੋਵਾਂ ਟਾਈਮਾਂ ਦਾ, ਤੇ ਸੌਣ ਤੋਂ ਬਾਅਦ 'ਚ ਗਰਮੀ ਕਰਕੇ ਕੁਛ ਬਾਈ ਜੀ ਦੱਸਦੇ ਆ ਵੀ ਇਹਨੂੰ ਬੁਖਾਰ ਜਿਹੜਾ ਚੜ੍ਹਨ ਲੱਗ ਗਿਆ ਸੀ, ਹੁਣ ਇਹ ਠੀਕ ਹੈ ਬਿਲਕੁਲ, ਬੁਖਾਰ ਵੱਲੋਂ ਸੈੱਟ ਆ, ਹੁਣ ਇਹ ਤੰਦਰੁਸਤ ਹੈ, ਸੋ ਦੁੱਧ ਇਹ ਹੁਣ ਵਧਣਾ ਸ਼ੁਰੂ ਕਰ ਦੂਗੀ ਝੋਟੀ। ਬਾਕੀ ਮਗਰ ਇਹਦੇ ਕੱਟੀ ਆ ਦੋਸਤੋ, ਚੰਗੀ ਮੱਝ ਆ ਇਹ, ਪੂਛ ਵੀ ਇਹਦੀ ਜਿਹੜੀ ਹੇਠੋਂ ਵਾਲ ਥੋੜ੍ਹੇ ਜਿਹੇ ਵਾਈਟ ਹੋ ਸਕਦੇ ਆ, ਵੈਸੇ ਇਹ ਜ਼ਿਆਦਾ ਕਾਲੀ ਹੈ, ਥਣ ਜਿਹੜੇ ਆ ਬਿੱਥੀ 'ਤੇ ਆ, ਪਰ ਥੋੜ੍ਹਾ ਜਿਹਾ ਹਵਾਨੇ ਦੀ ਜਿਹੜੀ ਢੱਕ ਹੈ ਉਹ ਥੋੜ੍ਹੀ ਜਿਹੀ ਅੱਗੇ ਵੱਲ ਨੂੰ ਇਹਦੀ। ਇਹ ਤੋਂ ਬਿਨਾਂ ਇੱਕ ਹੋਰ ਮੱਝ ਬਾਈ ਜੀ ਹੋਰਾਂ ਕੋਲ
ਇਹ ਵੀ ਫੋਰ ਸੇਲ ਆ, ਵਿਕਾਊ ਆ, ਇਹਦੀ ਵੀ ਡਿਟੇਲ ਆਪਾਂ ਇਹਨਾਂ ਤੋਂ ਲੈ ਲੈਂਦੇ ਹਾਂ ਬਾਈ। ਜਿਹੜੀ ਇਹ ਤੀਜੇ ਨੰਬਰ ਤੇ ਆਪਾਂ ਮੱਝ ਦਿਖਾਉਣੀ ਹੈ, ਇਹ 91 ਸੂਏ ਸੂਈ ਹੈ, ਇਹ ਤੀਜੇ ਸੂਏ ਸੂਈ ਹੈ, ਤੀਜਾ ਦਿਨ ਹੈਗਾ ਸੂਈ ਨੂੰ। ਠੀਕ ਹੈ। ਤੇ ਦੁੱਧ ਦੁੱਧ ਆ ਜੀ 8 ਲੀਟਰ ਬੋਲਾ ਜੀ, 8 ਲੀਟਰ ਬੋਲਾ ਹੈ ਤੇ ਥੱਲੇ ਵੀ ਹੈਗਾ। ਤੇ ਬੱਚਾ ਇਹਦੇ ਮਗਰ ਕੀ ਹੈ? ਇਹ ਮੈਂ ਕੱਟਾ ਜੀ। ਠੀਕ ਹੈ। ਤੇ ਇਹਦਾ ਰੇਟ ਕੀ ਕਰਦੇ ਆ? ਰੇਟ ਇਹਦਾ 70,000 ਰੁਪਏ ਮੰਗਦੇ ਆ ਜੀ। 70,000। ਦੋਸਤੋ ਦੇਖ ਸਕਦੇ ਹੋ ਤੁਸੀਂ, ਸਿੰਗ ਬਿਲਕੁਲ ਨਾਲ ਮੁੜਿਆ ਹੋਇਆ, ਕੁੰਡਾ ਸਿੰਗ ਹੈ, ਤੀਜੇ ਸੂਏ ਸੂਈ ਵੀ ਹੈ, ਕੱਦ ਕਾਠ ਇਹਦਾ ਦਰਮਿਆਨਾ ਹੈ। ਬਾਕੀ ਥਣ ਲੇਵੇ ਦੀ ਇਹ ਵੀ ਸਾਫ਼ ਹੈ, ਸੋਹਣੀ ਹੈ, ਤੁਸੀਂ ਦੇਖ ਸਕਦੇ ਆ। ਚਵਾਈ ਦਾ ਟਾਈਮ ਜਿਹੜਾ ਹੈਗਾ ਲਗਭਗ 6:30 ਦਾ ਹੁੰਦਾ ਦੋਸਤੋ, ਟਾਈਮ ਜਿਹੜਾ ਇਸ ਟਾਈਮ ਉਹ 5:15 ਦਾ ਹੋਇਆ। ਸੋ ਇਹਨੂੰ ਖੋਲੋ ਬਾਈ ਜੀ ਨੂੰ, ਇਹਦੇ ਮਗਰ ਕੱਟਾ ਤੇ 70,000 ਇਹਦਾ ਬਾਈ ਜੀ ਹੋਰਾਂ ਨੇ ਰੇਟ ਕੀਤਾ, ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਤੀਜੇ ਸੂਏ ਸੂਈ ਹੋਈ ਮੱਝ ਹੈ, ਇਹ ਦੇਖ ਸਕਦੇ ਹਾਂ ਦੋਸਤੋ, ਥੱਲੇ ਦੀ ਸਾਫ਼ ਹੈ ਬਿਲਕੁਲ। ਦੁੱਧ ਜਿੰਨਾ ਬਾਈ ਜੀ ਹੋਰਾਂ ਨੇ ਦੱਸਿਆ ਉਹ ਸਾਰੇ ਵੀਰਾਂ ਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਦਾ ਹੁੰਦਾ, ਜਿੰਨਾ ਦੱਸਿਆ ਜਾਂਦਾ ਸੂਏ ਆ ਹੋਏ ਪਸ਼ੂ ਦਾ ਜਿਹੜਾ ਦੁੱਧ ਦੇ ਰਿਹਾ, ਉਹਦੇ 'ਚ ਮੈਨੂੰ ਨਹੀਂ ਲੱਗਦਾ ਕੋਈ ਝੂਠ ਬੋਲਣ ਦੀ ਗੁੰਜਾਇਸ਼ ਰਹਿ ਜਾਂਦੀ, ਕਿਉਂਕਿ ਕਿਸੇ ਵੀ ਵੀਰ ਨੇ ਖਰੀਦਣੀ ਹੈ ਤਾਂ ਉਹਦੀ ਜ਼ਿੰਮੇਵਾਰੀ ਆ, ਜਾਂ ਉਹਦਾ ਉਹਨੂੰ ਚਾਹੀਦਾ ਵੀ ਉਹ ਚੋ ਕੇ ਦੇਖ ਕੇ ਲਵੇ। ਅਤੇ ਜਦੋਂ ਚੋ ਕੇ ਆਪਾਂ ਜਿੰਨਾ ਦੁੱਧ ਬਾਈ ਜੀ ਹੋਰਾਂ ਨੇ ਦੱਸਿਆ ਆਪਾਂ ਸੌਦਾ ਕਰਨਾ, ਤਾਂ ਉਹ ਆਪਾਂ ਨੇ ਜ਼ਿੰਮੇਵਾਰੀ ਹੈ, ਜਾਂ ਬਾਈ ਜੀ ਹੋਰਾਂ ਨੂੰ ਵੀ ਇਹ ਗੱਲ ਦਾ ਪਤਾ ਵੀ ਜਿਹੜਾ ਵੀਰ ਆਊਗਾ ਉਹਨੇ ਚੋ ਕੇ ਜ਼ਰੂਰ ਦੇਖਣੀ ਹੈ। ਸੋ 2-3 ਟਾਈਮ ਤੁਸੀਂ ਚੋ ਕੇ ਪਸ਼ੂ ਦਾ ਫਿਰ ਸੌਦਾ ਕਰ ਸਕਦੇ ਹੋ। ਬਾਕੀ ਇਹ ਮੱਝ ਤੁਸੀਂ ਦੇਖ ਹੀ ਲਈ ਹੈ। ਠੀਕ ਹੈ ਦੋਸਤੋ, ਇਹ 3 ਪਸ਼ੂ ਬਾਈ ਜੀ ਹੋਰਾਂ ਕੋਲ ਇਸ ਟਾਈਮ ਮੌਕੇ 'ਤੇ ਜਿਹੜੇ ਸੇਲ ਵਾਸਤੇ ਸੀਗੇ ਉਹ 3 ਤੁਹਾਨੂੰ ਦਿਖਾਤੇ ਹੈ। ਸੋ ਜੇ ਕਿਸੇ ਵੀਰ ਦੇ ਇਹਨਾਂ 'ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਸੌਦਾ ਤੁਸੀਂ ਬਾਈ ਜੀ ਹੋਰਾਂ ਨਾਲ ਆਪ ਕਰਨਾ, ਫੋਨ ਨੰਬਰ ਇਹਨਾਂ ਦਾ ਸਕਰੀਨ 'ਤੇ ਚੱਲ ਰਿਹਾ। ਬਾਕੀ ਇਹਨਾਂ ਕੋਲ ਰੂਟੀਨ 'ਚ ਪਸ਼ੂ ਆਉਂਦੇ ਆ, ਜ਼ਿਆਦਾ ਮੱਝਾਂ ਹੀ ਆਉਂਦੀਆਂ। ਜੇ ਕੋਈ ਹੋਰ ਵੀ ਮੱਝ ਕਈ ਵਾਰ ਵੀਰ ਦੇ ਇਹਨਾਂ 'ਚੋਂ ਕੋਈ ਨਾ ਪਸੰਦ ਆਵੇ, ਹੋਰ ਪਸ਼ੂ ਲੈਣਾ ਹੋਵੇ, ਤਾਂ ਵੀ ਤੁਸੀਂ ਬਾਈ ਜੀ ਹੋਰਾਂ ਨਾਲ ਸੌਦਾ ਦੋਸਤੋ ਫੋਨ ਦੇ ਉੱਤੇ ਕਰ ਸਕਦੇ ਹਾਂ, ਗੱਲਬਾਤ ਇਹਨਾਂ ਨਾਲ ਕਰ ਸਕਦੇ ਹਾਂ। ਬਾਕੀ ਇੱਕ ਵਾਰ ਫਿਰ ਲਾਸਟ 'ਤੇ ਗੱਲ ਕਹਿ ਦਿੰਦਾ ਵੀ ਜਿਨ੍ਹਾਂ ਨੇ ਪਸ਼ੂ ਖਰੀਦਣਾ ਉਹ ਜ਼ਰੂਰੀ ਹੈ ਵੀ ਤੁਸੀਂ ਆ ਕੇ ਦੇਖੋ ਪਸ਼ੂ ਨੂੰ, ਤਸੱਲੀ ਕਰੋ, ਕਿਉਂਕਿ ਕਈ ਵਾਰ ਵੀਡੀਓ 'ਚ ਜਿਵੇਂ ਪਸ਼ੂ ਦਿਸਦਾ ਹੁੰਦਾ ਉਵੇਂ ਦਾ ਉਹ ਹੁੰਦਾ ਨਹੀਂ ਗਾ। ਜਦੋਂ ਅੱਖਾਂ ਸਾਹਮਣੇ ਆ ਕੇ ਦੇਖਦੇ ਹਾਂ ਪਸ਼ੂ ਦੀ, ਕਈ ਵਾਰ ਲੁੱਕ ਤੁਹਾਨੂੰ ਹੋਰ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਸੋ ਇਹ ਜ਼ਰੂਰੀ ਸਮਝੋ ਜੀ ਇਸ ਗੱਲ ਨੂੰ, ਪਸ਼ੂ ਨੂੰ ਆ ਕੇ ਜ਼ਰੂਰ ਦੇਖੋ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।